ਹਾਂਜੀ ਦੋਸਤੋ ਮੈਂ ਤਰਸਮ ਸਿੰਘ ਮਠਾੜੂ ਦੇ ਨਾਲ ਪੰਜਾਬ نیوز ਚੈਨਲ ਦੀਆਂ ਅੱਜ ਸਵੇਰ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਇਸੇ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਅਤੇ ਪੰਜਾਬ ਸਵੇਰ ਦੀਆਂ ਇਸ ਵੇਲੇ ਦੀਆਂ ਬਾਦੀਆਂ ਖਬਰਾਂ ਦੀ ਤੇ ਖਬਰਾਂ ਨੂੰ ਸ਼ੁਰੂ ਕਰ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਜੀ ਕਿ ਕਿਸਾਨਾਂ ਦੇ ਟਰੈਕਟਰ ਮਾਚ ਤੇ ਜੋਗਰਾਤ ਸਿੰਘ ਦਾ ਵੱਡਾ ਬਿਆਨ ਸਰਕਾਰ ਨੂੰ ਆਖੀਆਂ ਇਹ ਗੱਲਾਂ ਪੀਐਨਬੀ ਦੇ ਖਾਤਾ ਧਾਰਕਾਂ ਤੇ ਆਣ ਦੇਣ 30 ਮਾਚ ਤੋਂ ਬਾਅਦ ट्रांजੈਕਸ਼ਨ ਕਰਨ ਲਈ ਕਰਨਾ ਪਵੇਗਾ ਇਹ ਕੰਮ ਦੋ ਹਫ਼ਤੇ ਤੱਕ ਲੱਗ ਜਾਣਗੇ 스마트 ਬਿਜਲੀ ਮੀਟਰ ਮੋਬਾਈਲ ਤੇ ਆਵੇਗੀ ਸਾਰੀ ਰਿਪੋਰਟ। ਦਿੱਲੀ ਸਮੇਤ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਔਰ ਅਲਰਟ ਜਾਰੀ। ਸਿੱਧੂ ਨੇ ਕਿਹਾ ਇਹ ਮੋਦੀ ਸਰਕਾਰ ਪੁੱਛਿਆ ਹੋਰ ਕਿੰਨਾ ਡਿਗੇਗੀ ਕੇਂਦਰ ਸਰਕਾਰ ਮਾਰਚ ਪਰਿਆਲ ਤੋਂ ਬਾਅਦ ਨਹੀਂ ਚੱਲਣਗੇ 100 10 ਅਤੇ 5 ਰੁਪਏ ਦੇ ਪੁਰਾਣੇ ਨੋਟ ਦੇਖੋ ਸਾਰੀ ਖਬਰ। ਸਿੱਖਿਆ ਭਗਵਲੋ ਪ੍ਰੀ ਪ੍ਰਾਇਮਰੀ ਪਹਿਲੀ ਤੋਂ ਚੌਥੀ ਕਲਾਸ ਲਈ ਸਕੂਲ ਖੋਲ੍ਹਣ ਸੰਬੰਧੀ ਪੱਤਰ ਜਾਰੀ। ਕਿਸਾਨ ਜਥੇਬੰਦੀਆਂ ਸਿਰਫ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਬਾਰੇ ਕਰਦੀਆਂ ਨੇ ਗੱਲਾਂ ਨਹੀਂ ਦੇਖ ਰਹੀਆਂ ਫਾਇਦੇ ਨਰਿੰਦਰ ਸਿੰਘ ਤੋਮਰ ਟਰੈਕਟਰ ਪੇਡਾ ਵੇਚ ਵਧੇਰੇ ਲੋਕ ਸ਼ਾਮਿਲ ਕਰ ਲੈ ਕਿਸਾਨਾਂ ਨੇ 2 ਲੱਖ ਵਿੱਚ ਟਰਾਲੀ ਨੂੰ ਬਣਾ ਲਿਆ ਬਸ ਸਾਬਕਾ ਫੌਜੀਆ ਨੇ ਸੂਬਾ ਬਾਰਡਰ ਤੇ ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ ਪੰਜਾਬ ਲੁਧਿਆਣਾ ਦੇ ਸਰਕਾਰੀ ਸਕੂਲ ਅਧਿਆਪਕ ਦੀ ਕਰੋਨਾ ਨਾਲ ਮੌਤ ਤਿੰਨ ਵਿਦਿਆਰਥੀ ਵੀ ਹੋਏ ਪੋਜ਼ੀਟਿਵ ਸ਼ਬੀ ਜਨਮ ਨੂੰ ਦਿੱਲੀ ਵਿੱਚ ਬਿਜਲੀ ਕੱਟਣ ਦੀ ਸਾਜ਼ਿਸ਼ ਖਾਲਿਸਤਾਨ ਸਮਰਥਕ ਸੰਗਠਨ ਨੇ ਦਿੱਤੀ ਧਮਕੀ ਆਕਸ਼ ਕੁਮਾਰ ਨੇ ਕਿਵੇਂ ਮਾਰਿਆ ਯੂਟਰਨ ਦੇਖੋ ਕਿਸਾਨਾਂ ਬਾਰੇ ਮੋਦੀ ਨੂੰ ਕੀ ਦਿੱਤੀ ਸਲਾਹ ਤਾਂ ਦੋਸਤੋ ਅੱਜ ਜਿਹੀ ਆਪਣੀਆਂ ਇਸ ਵੇਲੇ ਦੀਆਂ ਚੌਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਦੇ ਆ ਜੀ ਇਨ੍ਹਾਂ ਖਬਰਾਂ ਦੇ ਵਿਸਤਾਰ ਨਾਲ ਕਰ ਪਿਆ ਕਰਕੇ ਆਪਣੀਆਂ ਖਬਰਾਂ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਜੋ ਜੜੀਆਂ ਖਬਰਾਂ ਤੁਹਾਡੇ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਆਪਣੇ ਸਾਰੇ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕਣ ਤੁਹਾਡਾ ਬਹੁਤ ਹੀ ਧੰਨਵਾਦ ਹੋਵੇਗਾ ਇਸੇ ਦੇ ਨਾਲ ਹੀ ਪਹਿਲੀ ਖਬਰ ਹੈ ਕਿ ਕਿਸਾਨਾਂ ਦੇ ਟਰੈਕਟਰ ਮਾਰਚ ਤੇ ਜੋਗਰਾ ਸਿੰਘ ਦਾ ਵੱਡਾ ਬਿਆਨ ਸਰਕਾਰ ਨੂੰ ਆਕੀਆਂ ਇਹ ਗੱਲਾਂ ਜੀਹਾਂ ਦੋਸਤੋ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਲਗਭਗ ਪਿਛਲੇ 2 ਮਹੀਨਿਆਂ ਤੋਂ ਡਟੇ ਹੋਏ ਨੇ ਤਾਂ ਪੰਜਾਬੀ ਕਲਾਕਾਰ ਇਸ ਅੰਦੋਲਨ 'ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਕਲਾਕਾਰ ਵਾਰੋ-ਵਾਰੀ ਦਿੱਲੀ ਮੋਰਚੇ ਤੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਕੁਝ ਕਲਾਕਾਰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਅਤੇ ਆਪਣੀ ਗੀਤਾਂ ਰਾਹੀਂ ਕਿਸਾਨਾਂ ਦੇ ਜਜ਼ਬੇ ਤੇ ਹੌਸਲੇ ਨੂੰ ਬੁਲੰਦ ਕਰ ਰਹੇ ਨੇ ਉਤੇ ਹੀ ਹੁਣ 26 ਜਨਵਰੀ ਨੂੰ ਗੰਤਾਤਾ ਦਾ ਦਸਮਾਕੇ ਟਰੈਕਟਰ ਮਾਰਚ ਕਰਨਗੇ ਇਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਕੁਝ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਅਤੇ ਸਰਹੱਦਾ ਵੱਲ ਕੂਚ ਕਰ ਚੁੱਕੇ ਨੇ ਉਦਹੀ ਯੋਗਰਾਜ ਸਿੰਘ ਨੇ ਵੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦੇ ਚੱਲਦਿਆਂ ਸੈਕੜੇ ਕਿਸਾਨਾਂ ਨਾਲ ਟਰੈਕਟਰ ਮਾਰਚ ਦੀ ਰਿਹਸਲ ਕੀਤੀ। ਇਸ ਦੌਰਾਨ ਯੋਗਰਾਜ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26 ਜਨਵਰੀ ਟਰੈਕਟਰ ਪਰੇਡ ਨੂੰ ਲੈ ਕੇ ਪਿੰਡ-ਪਿੰਡ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਰਿਹਸਲ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੇ ਬੰਦੇ ਹੱਕ ਦੇਣੇ ਚਾਹੀਦੇ ਨੇ ਤੇ ਖੇਤੀ ਕਿਰਨਾਂ ਨੂੰ ਰੱਦ ਕਰਨਾ ਚਾਹੀਦਾ ਜਦੋਂ ਕਿ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕੀਤੇ ਜਾਂਦੇ ਉਦੋਂ ਤੱਕ ਕਿ ਸੈਨਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਇਹ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿਸਾਨ ਅੰਦolan ਦਾ ਹੀ ਇੱਕ ਹਿੱਸਾ ਹੈ ਤੇ ਟਰੈਕਟਰ ਮਾਰਚ ਪਿਆਰ ਦਾ ਪ੍ਰਤੀਕ ਹੈ ਤੇ ਟਰੈਕਟਰ ਮਾਰਚ ਦਾ ਮਤਲਬ ਹੈ ਅਸੀਂ ਇਕੱਠੇ ਹਾਂ ਸਰ ਅਤੇ ਸਰਕਾਰ ਸਾਡੇ ਹੱਕ ਸਾਨੂੰ ਦੇ ਦੇਣੇ ਚਾਹੀਦੇ ਨੇ PNB ਦੇ ਖਾਤਾਧਾਰਕ ਧਿਆਨ ਦੇਣ 31 ਮਾਰਚ ਤੋਂ ਬਾਅਦ ट्रांजैक्शन ਕਰਨ ਲਈ ਕਰਨਾ ਪਵੇਗਾ ਇਹ ਕੰਮ ਜੀ ਹਾਂ ਦੋਸਤੋ ਜੇਕਰ ਤੁਹਾਡਾ ਖਾਤਾ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸਰਕਾਰੀ ਬੈਂਕ PNB ਵਿੱਚ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ PNB ਨੇ ਦੱਸਿਆ ਕਿ ਪੁਰਾਣਾ IFSC ਅਤੇ MICR ਕੋਡ ਨੋ ਬੈਂਕ ਨੇ ਬਦਲ ਦਿੱਤਾ ਹੈ ਭਾਵ ਇਹ ਕੋਰੇ ਕਰਤੀ ਮਈ 2021 ਤੋਂ ਬਾਅਦ ਕੰਮ ਨਹੀਂ ਕਰਨਗੇ ਜੇ ਤੁਸੀਂ ਪੈਸੇ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੈਂਕ ਤੋਂ ਨਵਾਂ ਕੋਡ ਲੈਣਾ ਪਵੇਗਾ ਸਿਰਫ ਤਾਂ ਹੀ ਤੁਸੀਂ ਲੈਣ ਦੇਣ ਕਰ ਸਕੋਗੇ ਤੁਹਾਨੂੰ ਦੱਸ ਜੇ ਕਿ 1 April 2020 ਨੂੰ ਸਰਕਾਰ ਨੇ ਦੇਖਦੇ ਤਿੰਨ ਬੈਂਕਾਂ ਪੰਜਾਬ ਨੈਸ਼ਨਲ ਬੈਂਕ, ਆਰੀਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਨੂੰ ਮਿਲਾ ਦਿੱਤਾ ਸੀ ਜਿਸ ਕਰਕੇ ਜਿਹੜੇ ਸਾਰੇ ਤਬਾਦਲੇ ਕੀਤੇ ਗਏ ਨੇ ਦੋ ਹਫ਼ਤੇ ਤੱਕ ਲੱਗ ਜਾਣਗੇ ਸਮਾਰਟ ਬਿਜਲੀ ਮੀਟਰ ਮੋਬਾਈਲ ਤੇ ਆਵੇਗੀ ਸਾਰੀ ਰਿਪੋਰਟ ਜੀਹਾਂ ਦੋਸਤੋ ਪਹਿਲਾ ਸਮਾਰਟ ਮੀਟਰ ਸਿਰਫ ਬਿਜਲੀ ਚੋਰੀ ਨੂੰ ਰੋਕਣ ਲਈ ਵਿਖੇ ਜਾ ਰਹੇ ਸੀ ਪਰ ਹੁਣ ਇਹ ਮੀਟਰ ਸ਼ਹਿਰ ਦੇ ਲੋਕਾਂ ਦੀਆਂ ਸਵਾਵਾ ਵਿੱਚ ਵੱਡੀ ਤਬਦੀਲੀ ਵਿੱਚ ਵਿਖੇ ਜਾ ਰਹੇ ਨੇ ਸਮਾਰਟ ਮੀਟਰ ਲਗਵਾਉਣ ਤੋਂ ਬਾਅਦ ਇੱਕ ਪਾਸੇ ਪਾਵਰ ਕਾਮ ਨੂੰ ਰੀਡਿੰਗ ਬਾਰੇ ਜਾਣਕਾਰੀ ਮਿਲੇਗੀ ਦੂਜੇ ਪਾਸੇ ਖਪਤਕਾਰ ਆਪਣੇ ਮੋਬਾਈਲ ਤੇ ਇੱਕ ਐਪ ਦੇ ਰਾਹੀਂ ਖਪਤ ਰਿਪੋਰਟ ਪ੍ਰਾਪਤ ਕਰੇਗਾ ਤੇ ਸੂਤਰਾਂ ਮੁਤਾਬਕ ਅਗਲੇ 15 ਦਿਨਾਂ ਤੱਕ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਸਮਾਰਟ ਬਿਜਲੀ ਮੀਟਰ ਲੱਗਣੇ ਸ਼ੁਰੂ ਹੋ ਜਾਣਗੇ ਇਹ ਬਿਲੀ ਦੇ ਰੀਡਿੰਗ ਦੀ ਗਲਤ ਵਿਆਖਿਆ ਨਹੀਂ ਕਰੇਗਾ ਤੇ ਗਲਤ ਬਿਲਾਂ ਦੇ ਕੇਸਾਂ ਨੂੰ ਖਤਮ ਕਰੇਗਾ ਤੇ ਕਿਰਾਏਦਾਰਾਂ ਦੂਰ ਰਹਿਣ ਵਾਲੇ ਨਿਵਾਸੀ ਤੇ ਪ੍ਰਵਾਸੀ ਭਾਰਤੀ ਆਪਣੀ ਪ੍ਰਾਪਰਟੀ ਨੂੰ ਸਾਲ ਵਿੱਚ ਸਿਰਫ ਕੁਝ ਦਿਨ ਵੇਖਣ ਆਉਣ ਵਾਲੇ ਲਈ ਸਭ ਤੋਂ ਜ਼ਿਆਦਾ ਅੱਲਾ ਬਕਾਰੀ ਹੋਵੇਗਾ। ਦਿੱਲੀ ਸਮੇਤ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ orange alert ਹੋਇਆ ਜਾਰੀ। ਜੀਹਾਂ ਦੋਸਤੋ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਠੰਡ ਪੈ ਰਹੀ ਹੈ ਤੇ ਉੱਤਰੀ ਰਾਜਸਥਾਨ ਅਤੇ ਦਿੱਲੀ ਸਮੇਤ ਕਈ ਹਿੱਸਿਆਂ ਵਿੱਚ ਠੀਤ ਲਹਿਰ ਜਾਰੀ ਹੈ ਤੇ 27 ਜਨਵਰੀ ਤੱਕ ਕਈ ਰਾਜਾਂ ਵਿੱਚ ਸੰਗਣੀ ਧੁੰਦ ਪੈਣ ਦੇ ਸੰਭਾਵਨਾ ਹੈ ਇਸ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਆ ਸਕਦੀ ਹੈ ਦੇਸ਼ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ 23 ਜਨਵਰੀ ਨੂੰ ਘੱਟੋ ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਭਾਰਤੀ ਮੌਸਮੀ ਭਾਗ ਦੇ ਅਨੁਸਾਰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਪਹਾੜੀਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ ਇਸ ਦੇ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਖੇਤਰਾ ਵਿੱਚ ਠੰਡ ਪੈ ਰਹੀ ਹੈ ਤੇ ਅਗਲੇ 2-4 ਦਿਨਾਂ ਤੱਕ ਤਾਪਮਾਨ ਵਿੱਚ ਗਿਰਾਵਟ ਤਾਮਨ ਦਿਗਰ ਨਾਲ ਤਾਮਨ 46 ਡਿਗਰੀ ਤੱਕ ਜਾ ਸਕਦਾ ਹੈ ਤੇ ਆਉਣ ਵਾਲੇ 48 ਘੰਟਿਆਂ ਦੇ ਵਿੱਚ ਕੁਝ ਰਾਜਾਂ ਵਿੱਚ بارش ਜਿਹੜੀ ਹੋ ਸਕਦੀ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 2 ਦਿਨਾਂ ਵਿੱਚ ਉੱਤਰ ਪ੍ਰਦੇਸ਼ ਦਿੱਲੀ ਪੰਜਾਬ ਹਰਿਆਣਾ ਚੰਡੀਗੜ੍ਹ ਸਮੇਤ ਕਈ ਇਲਾਕੇ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਕਾਰਨ ਵਿਭਾਗ ਨੇ ਮੀਂਹ ਲਈ ਅਲਰਟ ਜਿਹੜਾ ਜਾਰੀ ਕਰ ਦਿੱਤਾ ਹੈ ਸਿੱਧੂ ਨੇ ਕਿਹ ਰੀ ਮੋਦੀ ਸਰਕਾਰ ਪੁੱਛਿਆ ਹੋਰ ਕਿੰਨਾ ਡਗੇਗੀ ਕੇਂਦਰ ਸਰਕਾਰ ਜੀਹਾਂ ਦੋਸਤੋ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਨੇ ਸਿੱਧੂ ਅਕਸਰ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨੇ ਵੰਦੇ ਰਹਿੰਦੇ ਨੇ ਹਾਲ ਹੀ ਵਿੱਚ ਸਿੱਧੂ ਨੇ ਮੋਦੀ ਸਰਕਾਰ ਨੂੰ ਫਿਰ ਘੇਰ ਲਿਆ ਸਿੱਧੂ ਨੇ ਟਵੀਟ ਕਰ ਕੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਹੋਰ ਕਿੰਨਾ ਡਿਗੇਗੀ ਕੇਂਦਰ ਸਰਕਾਰ ਸਿੱਧੂ ਕਿਸਾਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਕੁਝ ਸਮਾਂ ਪਹਿਲਾਂ ਵੀ ਸਿੱਧੂ ਨੇ ਕਿਹਾ ਟਵੀਟ ਕੀਤਾ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਇੱਕ ਸਤਕਾਰਯੋਗ ਕਿਸਾਨ ਲਈ ਅਸਮਾਨਤਾ ਲੱਖਾਂ ਮਰੇ ਲੋਕਾਂ ਵਾਂਗ ਹੈ ਕਿ ਕਿਸਾਨ ਆਪਣੇ ਬੱਚਾ ਅਤੇ ਸਨਮਾਨ ਲਈ ਲੜ ਰਿਹਾ ਹੈ ਮਾਰਚ-ਅਪ੍ਰੈਲ ਤੋਂ ਬਾਅਦ ਨਹੀਂ ਚੱਲਣਗੇ 110 ਅਤੇ 5 ਰੁਪਏ ਦੇ ਪੁਰਾਣੇ ਨੋਟ ਦੇਖੋ ਸਾਰੀ ਜਾਣਕਾਰੀ ਜੀਹਾਂ ਦੋਸਤੋ ਇਹ ਖਬਰ ਸਿੱਧੇ ਤੌਰ ਤੇ ਤੁਹਾਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਦੋਸਤੋ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਅਜ਼ਰ ਬੈਂਕ ਆਫ ਇੰਡੀਆ 100 10 ਤੇ 5 ਰੁਪਏ ਦੇ ਸਾਰੇ نوٹ ਵਾਪਸ ਲੈਣ ਦੀ ਯੋਜਨਾ ਤੇ ਕੰਮ ਕਰ ਰਿਹਾ ਤਾਂ ਜੋ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦਰਅਸਲ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਕਿ ਪੁਰਾਣੇ 100 10 ਤੇ 5 ਰੁਪਏ ਦੇ ਨੋਟ ਹੁਣ ਮਾਰਚ ਤੋਂ ਬਾਅਦ ਇਹ ਗੇੜ ਵਿੱਚ ਨਹੀਂ ਰਹਿਣਗੇ ਜਾਣਕਾਰੀ ਅਨੁਸਾਰ ਇਹ ਸਾਰੇ ਪੁਰਾਣੇ ਨੋਟ ਮਾਰਚ ਅਪ੍ਰੈਲ ਤੋਂ ਬਾਅਦ ਬਾਜ਼ਾਰ ਵਿੱਚ ਨਹੀਂ ਰਹਿਣਗੇ ਇਹ ਜਾਣਕਾਰੀ ਆਰਬੀਆਈ ਅਧਿਕਾਰੀ ਬੀ ਮਹੇਸ਼ ਵੱਲੋਂ ਦਿੱਤੀ ਗਈ ਹੈ ਇਸ ਸੰਬੰਧੀ ਆਰਬੀਆਈ ਅਧਿਕਾਰੀ ਸਹਾਇਕ ਜਨਰਲ ਮੈਨੇਜਰ ਬੀ ਮਹੇਸ਼ ਨੇ ਕਿਹਾ ਕਿ 100 10 ਤੇ 5 ਰੁਪਏ ਦੇ ਪੁਰਾਣੇ ਨੋਟ ਬੰਦ ਹੋ ਰਿਜ਼ਰਵ ਬੈਂਕ ਨੇ 1 ਮਾਰਚ ਅਪ੍ਰੈਲ ਵਿੱਚ ਉਹਨਾਂ ਨੂੰ ਵਾਪਸ ਲੈਣ ਦੀ ਯੋਜਨਾ ਬਣਾਈ ਹੈ ਸਿੱਖਿਆ ਭਾਰ ਵੱਲੋਂ ਪ੍ਰੀ ਪ੍ਰਾਇਮਰੀ ਪਹਿਲੀ ਤੋਂ ਚੌਥੀ ਕਲਾਸ ਲਈ ਸਕੂਲ ਖੋਲ੍ਹਣ ਸੰਬੰਧੀ ਪੱਤਰ ਜਾਰੀ ਜੀਹਾਂ ਦੋਸਤੋ ਦਫ਼ਤਰ ਡਾਇਰੈਕਟਰ ਸਿੱਖਿਆ ਪਹਾਗਲੀ ਐਲੀਮੈਂਟਰੀ ਪੰਜਾਬ ਕੰਪਲੈਕਸ ਸਿੱਖਿਆ ਬੋਰਡ ਵੱਲੋਂ ਪ੍ਰੀ ਪ੍ਰਾਇਮਰੀ ਪਹਿਲੀ ਤੋਂ ਚੌਥੀ ਕਲਾਸ ਲਈ ਸਕੂਲ ਖੋਲ੍ਹਣ ਸੰਬੰਧੀ ਲੈ ਕੇ ਫੈਸਲੇ ਅਨੁਸਾਰ ਤੀਸਰੀ ਤੋਂ ਚੌਥੀ ਕਲਾਸ ਤੱਕ ਸਕੂਲ 27 1 2021 ਤੋਂ ਖੋਲੇ ਜਾਣਗੇ ਜਦਕਿ ਪ੍ਰੀ ਪ੍ਰਾਇਮਰੀ ਅਤੇ ਪਹਿਲੀ ਤੋਂ ਦੂਜੀ ਕਲਾਸ ਤੱਕ ਸਕੂਲ ਮਿਤੀ 1 2 2021 ਤੋਂ ਖੋਲੇ ਜਾਣਗੇ ਅਤੇ ਇਸ ਸੰਬੰਧੀ ਪੱਤਰ ਸਰਕਾਰੀ ਸਕੂਲਾਂ ਦੇ ਖੋਲੇ ਜਾਣ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਹੋਵੇਗਾ ਇਸ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਕੂਲਾਂ ਨੂੰ ਦੇ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਸਿਰਫ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਬਾਰੇ ਕਰਦੀਆਂ ਨੇ ਗੱਲਾਂ ਨਹੀਂ ਦੇਖ ਰਹੀਆਂ ਫਾਇਦੇ ਨਰਿੰਦਰ ਸਿੰਘ ਤੋਮਰ ਜੀ ਹਾਂ ਦੋਸਤੋ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਐਤਵਾਰ ਨੂੰ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਜੋ ਪਿਛਲੇ 2 ਮਹੀਨਿਆਂ ਤੋਂ ਕੇਂਦਰ ਦੇ ਖੇਤੀ ਕਰੋਨਾ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਨੂੰ ਕਾਨੂੰਨਾਂ ਦੇ ਫਾਇਦੇ ਨਜ਼ਰ ਨਹੀਂ ਆ ਰਹੇ ਨੇ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਫਾਰਮ ਦੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਅੜੇ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਸਿਰਫ ਫਾਰਮ ਦੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰਦੀਆਂ ਨੇ ਉਹ ਖੇਤੀ ਕਾਨੂੰਨਾਂ ਦੇ ਲਾਭਾਂ ਦਾ ਵਿਸ਼ਲੇਸ਼ਣ ਨਹੀਂ ਕਰਦੀ ਇਸੇ ਕਰਕੇ ਹੁਣ ਤੱਕ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਕੇਂਦਰ ਨੇ ਉਹਨਾਂ ਦੇ ਮਸਲਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਤੇ ਕਿਸਾਨਾਂ ਨੇ ਇੱਕ ਪ੍ਰਸਤਾਵ ਭੇਜਿਆ ਉਹਨਾਂ ਨੇ ਖੇਤੀ ਕਾਨੂੰਨਾਂ ਬਾਰੇ ਕੇਂਦਰ ਦੇ ਪ੍ਰਸਤਾਵ ਨੂੰ ਰੱਦ ਨਹੀਂ ਕਰਨਾ ਚਾਹੀਦਾ ਜੇਕਰ ਉਹ ਪ੍ਰਸਤਾਵ ਸਰਕਾਰ ਲੈਂਦੇ ਸਾਨੂੰ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕਦਾ ਸੀ ਇਹ ਜਿਹੜੇ ਸਾਰਾ ਕੁਝ ਕਹਿਣਾ ਹੈ ਜੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਧੋਮਰ ਦਾ ਟਰੈਕਟਰ ਪ੍ਰੇਡ ਵਿੱਚ ਵਧੇਰੇ ਲੋਕ ਸ਼ਾਮਲ ਕਰ ਲੈ ਕਿਸਾਨ ਨੇ 2 ਲੱਖ ਵਿੱਚ ਟਰਾਲੀ ਨੂੰ ਬਣਾ ਲਿਆ ਬਸ ਜਿਵੇਂ ਦੋਸਤੋ ਖੇਤੀਕਰੋਨਾ ਖਿਲਾਫ ਕਿਸਾਨਾਂ ਦਾ ਅੰਦੋਲਨ ਜਿਹੜਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਤੇ ਬੀਤੇ ਦਿਨੀ 11ਵੇਂ ਗੇਟ ਦੀ ਗੱਲਬਾਤ ਬੇਸ਼ਟਾ ਰਹਿਨ ਤਾਂ ਬਾਅਦ ਕਿਸਾਨਾਂ ਦਾ ਸਾਰਾ ਧਿਆਨ 26 ਜਨਵਰੀ ਨੂੰ ਦਿੱਲੀ ਅੰਦਰ ਹੋਣ ਵਾਲੇ ਟਰੈਕਟਰ ਪ੍ਰੇਡ ਤੇ ਲੱਗ ਗਿਆ ਇਸ ਵਿੱਚਕਾਰ ਕੱਲ ਕਿਸਾਨਾਂ ਨੇ ਟਰੈਕਟਰ ਪ੍ਰੇਡ ਵਿੱਚ ਵਧੇਰੇ ਲੋਕ ਸ਼ਾਮਲ ਕਰ ਲੈ 2 ਲੱਖ ਵਿੱਚ ਇੱਕ ਟਰਾਲੇ ਨੂੰ ਜਿਹੜਾ ਬੱਸ ਬਣਾ ਲਿਆ ਦੱਸਦੇ ਕਿ ਅੰਦੋਲਨ ਦੇ ਜੋਸ਼ ਵਿੱਚ 마ਸ਼ੀਵਾੜਾ ਦੇ ਇੱਕ ਕਿਸਾਨ ਨੇ ਟਰੈਕਟਰ ਟਰਾਲੇ ਨੂੰ ਬੱਸ ਬਣਾ ਦਿੱਤਾ ਅਤੇ ਇਸ ਦੇ ਲਈ ਉਸਨੇ 2 ਲੱਖ ਰੁਪਏ ਖਰਚ ਕੀਤੇ ਤਾਂ ਜੋ ਵਧੇਰੇ ਲੋਕਾਂ ਨੂੰ ਪ੍ਰੇਡ ਵਿੱਚ ਲਿਜਾਇਆ ਜਾ ਸਕੇ ਬੱਸ ਦੀ ਤਰ੍ਹਾਂ ਇਹ ਤਿਆਰ ਟਰੈਕਟਰ ਟਰਾਲੀ ਉਸ ਸਮੇਂ ਖਿੱਚ ਦਾ ਕੇਂਦਰ ਰਹੀ ਜਦੋਂ 200 ਟਰੈਕਟਰਾਂ ਦਾ ਭਾਰਤੀ ਕਿਸਾਨੀ ਯੂਨੀਅਨ ਵੱਲੋਂ ਕਾਫਲਾ ਸ਼ਨੀਵਾਰ ਨੂੰ 마ਸ਼ੀਵਾੜਾ ਸ਼ਹਿਰ ਵਿੱਚੋਂ ਲੰਘਿਆ ਅਤੇ ਖੇਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਤਸਵੀਰਾਂ ਸਾਬ ਨੂੰ ਆਕਰਸ਼ਿਤ ਕਰ ਰਹੀਆਂ ਨੇ ਜਿਹੜੀ ਤਸਵੀਰ ਹੈ ਜੇ ਤੁਹਾਨੂੰ ਉਸ ਦੀ ਦਿਖਾ ਦਿੰਦੇ ਆ ਸਾਬਕਾ ਫੌਜੀਆ ਨੇ ਸਿਗੂ ਬਾਰਡਰ ਤੇ ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ ਜੀ ਹਾਂ ਦੋਸਤੋ ਸਾਬਕਾ ਫੌਜੀਆ ਨੇ ਮੋਦੀ ਸਰਕਾਰ ਤੇ ਵਰਦਿਆ ਕਿ ਹੈ ਕਿ ਜੇਕਰ ਦੇਸ਼ ਦੇ ਕਿਸਾਨ ਅਤਵਾਦੀ ਨਹੀਂ ਤਾਂ ਸਾਰਾ ਦੇਸ਼ਾਂ ਦਾ ਦੇਸ਼ ਦੇ ਲੋਕ ਵੀ ਅੱਤਵਾਦੀ ਨੇ ਉਹਨਾਂ ਕਿਹਾ ਕਿ ਅਸੀਂ ਪਿਛਲੇ 26 ਨਵੰਬਰ ਤੋਂ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਾਂ ਹੱਤਾ ਸਾਨੂੰ ਕਿਤੇ ਕੋਈ ਅੱਤਵਾਦੀ ਕੋਈ ਨਕਸਲਵਾਦੀ ਜਾਂ ਕੋਈ ਵੱਖਵਾਦੀ ਨਹੀਂ ਦੱਸਿਆ ਉਹਨਾਂ ਕਿਹਾ ਕਿ ਸਾਰਾ ਪ੍ਰਚਾਰ ਕਿਸਾਨੀ ਅੰਦੋਲਨ ਨੂੰ ਲਹੂ ਲੋਹ ਨੇ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਤਾਂ ਕਿਸਾਨਾਂ ਨੂੰ ਹਰਿਆਣੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੇਖਦੇ ਨੌਜਵਾਨਾਂ ਵੱਲੋਂ ਸਰਕਾਰ ਦੀਆਂ ਰੋਕਾਂ ਨੂੰ ਤੋੜ ਕੇ ਦਿੱਲੀ ਵੱਲ ਕੂਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਕਿਸਾਨੀ ਅੰਦੋਲਨ ਇਕੱਲੇ ਦੇਸ਼ ਦਾ ਹੀ ਨਹੀਂ ਰਿਹਾ ਹੁਣ ਇਹ ਅੰਦੋਲਨ ਪੂਰੀ ਦੁਨੀਆ ਵਿੱਚ ਫੈਲ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਇਹ ਅੰਦੋਲਨ ਹੁਣ ਹਰ ਉਸ ਵਰਗ ਦਾ ਵਿਚ ਹਿੱਸਾ ਬਣ ਚੁੱਕਿਆ ਜੋ ਅਨਾਜ ਖਾਂਦਾ ਇਸ ਲਈ ਅੰਦੋਲਨ ਦੀ ਹਮਾਇਤ ਵਿੱਚ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਰੋਜ਼ ਪ੍ਰਦਰਸ਼ਨ ਹੋ ਰਹੇ ਨੇ ਲੁਧਿਆਣਾ ਦੇ ਸਰਕਾਰੀ ਸਕੂਲ ਅਧਿਆਪਕ ਦੀ ਕਰੋਨਾ ਨਾਲ ਮੌਤ ਤਿੰਨ ਵਿਦਿਆਰਥੀ ਵੀ ਪਹੁੰਚੂ ਜੀहां ਦੋਸਤੋ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਪੰਜਾਬ ਹੀ ਨਹੀਂ ਦੇਸ਼ ਭਰ ਵਿੱਚ ਸਕੂਲ ਮੋੜ ਤੋਂ ਖੋਲ੍ਹ ਦਿੱਤੇ ਗਏ ਨੇ ਪਰ ਕਰੋਨਾ ਦਾ ਕਹਿਰ ਪੰਜਾਬ ਦੇ ਲੁਧਿਆਣਾ 'ਚ ਕਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ 48 ਸਾਲਾ ਸਕੂਲ ਸਰਕਾਰੀ ਸਕੂਲ ਅਧਿਆਪਕਾ ਦੀ ਕਰੋਨਾ ਵਜਲ ਮੌਤ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸ ਦਈਏ ਕਿ ਲੁਧਿਆਣਾ ਦੇ ਪੰਡ ਗਾਲਬ ਕਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਨੂੰ ਇਥੇ ਇੱਕ ਨਿੱਜੀ ਹਸਪਤਾਲ ਵਜਾ ਅਕਲ ਕਰਵਾਇਆ ਗਿਆ ਸੀ ਜਿੱਥੇ ਸਰਕਾਰੀ ਟੀਚਰ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸਦੇ 12 ਸਾਥੀ ਅਤੇ 3 ਵਿਦਿਆਰਥੀ ਦੀ ਕਰੋਨਾ ਰਿਪੋਰਟ ਪੋਜ਼ੀਟਿਵ ਆਈ ਹੈ ਦੱਸ ਦਈਏ ਕਿ ਰਾਜ ਦੇ ਸਰਕਾਰੀ ਸਕੂਲ ਸਰਕਾਰੀ ਹਕੂਮਤ ਵੱਲੋਂ 7 ਜਮਾਤ ਤੋਂ ਪੰਜਵੀਂ ਸਕੂਲ ਕਲਾਸ ਤੋਂ ਲੈ ਕੇ 12ਵੀਂ ਜਮਾਤ ਲਈ ਦੁਬਾਰਾ ਖੋਲ ਦਿੱਤੇ ਗਏ ਨੇ ਮ੍ਰਿਤਕ ਅਧਿਆਪਕਾ ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਲਬ ਕਲਾ ਵਿਖੇ ਗਣਿਤ ਪੜਾਉਂਦੀ ਸੀ ਜਿਸ ਦੀ ਕਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ 26 ਜਨਵਰੀ ਨੂੰ ਦਿੱਲੀ ਵਿੱਚ ਬਿਜਲੀ ਕਟਣ ਦੀ ਸਾਜ਼ਿਸ਼ ਖਾਲਿਸਤਾਨੀ ਸਮਰਥਕ ਸੰਗਠਨ ਨੇ ਦਿੱਤੀ ਧਮਕੀ ਗਣਤੰਤਰ ਦੇਸ਼ ਦੇ ਦਿੱਲੀ ਵਿੱਚ ਬਿਜਲੀ ਕਟਣ ਦੀ ਸਾਜ਼ਿਸ਼ ਦਾ ਇਨਪੁਟ ਮਿਲਿਆ ਖਾਲਿਸਤਾਨੀ ਸਮਰਥਕ ਸੰਸਥਾ ਸੇਕਾ ਫੋਰ ਜਸਟਿਸ ਨੇ ਸੋਸ਼ਲ ਮੀਡੀਆ ਤੇ 25 ਅਤੇ 26 ਜਨਵਰੀ ਨੂੰ ਪਾਵਰ ਕੱਟ ਕਰਨ ਦੀ ਧਮਕੀ ਦਿੱਤੀ ਇਸ ਸੰਬੰਧ ਵਿੱਚ बीएसएस ਨੂੰ ਵੀ ਪਿਛਲੇ ਕਈ ਦਿਨਾਂ ਤੋਂ ਜਾਣਕਾਰੀ ਮਿਲ ਰਹੀ ਸੀ ਉਤੇ ਹੀ ਖੂਫੀ ਏਜੰਸੀ ਤੇ ਦਿੱਲੀ ਪੁਲਿਸ ਜਾਣਕਾਰੀ ਮਿਲਣ ਤੋਂ ਬਾਅਦ ਅਲਰਟ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਡਿਸਕਾਮ ਪਾਵਰ ਗ੍ਰਿਡਰ ਤੇ ਪਾਵਰ ਸਬਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜੇਹਾ ਕਰਨ ਲਈ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਸਿਕ ਫੋਰ ਜਸਟਿਸ ਸੰਸਥਾ ਦੀਆਂ ਸਰਗਰਮੀਆਂ ਤੇ ਖੂਫੀ ਏਜੰਸੀਆਂ ਦੀ ਪਹਿਨੀ ਨਜ਼ਰ ਰੱਖੀ ਜਾ ਰਹੀ ਹੈ ਅਕਸ਼ੇ ਕੁਮਾਰ ਨੇ ਕਿਵੇਂ ਮਾਰਿਆ ਯੂ ਟਰਨ ਦੇਖੋ ਕਿਸਾਨਾਂ ਬਾਰੇ ਮੋਦੀ ਨੂੰ ਕੀ ਦਿੱਤੀ ਸਲਾਹ ਜੀ ਹਾਂ ਦੋਸਤੋ ਅੱਜ ਦੀ ਲਾਸਟ ਖਬਰ ਹੈ ਕਿ ਕਿਸਾਨਾਂ ਬਾਰੇ ਅਧਿਕਾਰ ਅਕਸ਼ੇ ਕੁਮਾਰ ਨੇ ਜਿਹੜੇ ਪੀਐਮ ਮੋਦੀ ਨੂੰ ਇੱਕ ਸਲਾਹ ਦਿੱਤੀ ਹੈ ਤਾਂ ਜੋ ਜਿਹੜੇ ਕਿਸਾਨਾਂ ਦੇ ਮਸਲੇ ਨੂੰ ਹੱਲ ਕੀਤਾ ਜਾ ਸਕੇ ਤਾਂ ਦੋਸਤੋ ਇਸ ਇਹੀ ਆਪਣੀਆਂ ਸਮੇਂ ਦੀਆਂ ਵੱਡੀਆਂ ਖਬਰਾਂ ਐਸੇ ਨਾਲ ਹੀ ਆਪਣੀਆਂ ਅੱਜ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ